हाँ जी हरवीर जी, कंग्रेचुलेशन थोड़ा बहुत सत बहुत। श्री अकाल। थैंक यू सर। थैंक यू जी। सो हरवीर, किन्ने स्कोर आए थोड़े? 64 आए हैं सर अपने। हाँ 64 आए हैं थोड़े। हरवीर, जी। रिक्वायरमेंट किन्नी सीगी? हाँ जी। रिक्वायरमेंट किन्नी सीगी? 60 सर। ते हरवीर, किन्ने टाइम दी क्लासेस लईयां सीगियां? सर आपां 7 डेज लाए सीगे। 7 days ਦੇ, ਬਟ 64 ਲੈ ਗਏ। ਹੋਰ ਸਰ ਤੁਹਾਡੀ ਕੋਈ ਨਜ਼ਰ ਆ ਗਈ ਬਸ ਜੀ, ਸਮਝਾਇਆ ਹਿਸਾਬ ਨਾਲ। ਤੇ ਹਰਵੀਰ, ਪਹਿਲਾ ਅਟੈਂਪਟ ਦਿੱਤਾ ਸੀਗਾ ਕੋਈ? ਕਦੋਂ ਹਾਂ ਜੀ ਸਰ, ਪਹਿਲਾਂ ਸਰ 2 ਅਟੈਂਪਟ ਦਿੱਤੇ ਸੀ ਆਪਾਂ ਨੇ। ਦਿੱਤੇ ਸੀ? ਕਿੰਨਾ ਟਾਈਮ ਹੋ ਗਿਆ? ਇੱਕ ਦਿੱਤਾ ਸਰ ਪਿਛਲੇ ਸਾਲ, ਦਿੱਤਾ ਸੀ ਆਪਾਂ ਨੇ ਪਿਛਲੇ ਸਾਲ, ਠੀਕ ਹੈ, ਤੇ ਇੱਕ ਆਪਾਂ ਦਿੱਤਾ ਸੀ ਹੁਣ ਜੂਨ 'ਚ 28 ਨੂੰ ਦਿੱਤਾ ਸੀਗਾ। ਜੂਨ 'ਚ 28 ਨੂੰ ਦਿੱਤਾ ਸੀਗਾ। ਹਾਂ ਜੀ ਸਰ। ਤੇ ਹਰਵੀਰ, ਕਿਹੜੀ ਐਪ ਤੋਂ ਪ੍ਰੈਕਟਿਸ ਕਰਦੇ ਸੀਗੇ? ਸਰ ਪਹਿਲਾਂ ਜਿੱਥੇ ਆਪਾਂ ਪੀਟੀ ਸੈਂਟਰ 'ਚ ਕਰਦੇ ਇੰਸਟੀਟਿਊਟ 'ਚ, ਉਹਨਾਂ ਦੀ ਸੀਗੀ ਆਪਣੀ ਉਹ, ਹੈ ਨਾ ਜੀ। ਜੀ, ਜੇ ਦੁਬਾਰਾ ਫਿਰ ਤੁਸੀਂ APU ਨੂੰ ਦੱਸਿਆ, ਫਿਰ ਆਪਾਂ APU ਨੂੰ ਤੋਂ ਕੀਤੀ ਸਰ ਪ੍ਰੈਕਟਿਸ ਸਾਰੀ। ਐਪ ਯੂਨਿਟ ਤੋਂ ਕਿੰਨੇ ਕਾ ਜਾਂਦੇ ਸੀਗੇ ਸਕੋਰ ਤੁਹਾਡੇ? ਸਰ ਮੇਰਾ APU ਨੇ ਤਾਂ ਇੱਕ ਟੈਸਟ ਦਿੱਤਾ ਸੀ ਸਰ ਆਪਾਂ ਨੇ, ਜੀ, ਉਦੋਂ 77 ਆਏ ਸੀ ਆਪਣੇ। 77 ਆਏ ਸੀਗੇ। ਹਾਂ ਜੀ। ਹੁਣ ਲੱਗਦਾ ਵੀ ਐਪ ਯੂਨਿਟ ਦੀ ਸਕੋਰਿੰਗ ਨੂੰ ਪੇਪਰ ਨਾਲ ਕੰਪੇਅਰ ਕਰਨਾ ਚਾਹੀਦਾ? ਸਰ ਆਪਣੀ ਪ੍ਰੈਕਟਿਸ ਤੇ ਵੀ ਹੁੰਦਾ ਮਾੜਾ ਮੋਟਾ, ਉਹਦਾ ਨਾ ਜੀ ਆਪਣੇ ਥੋੜਾ ਸੈਲਫ ਕੰਫੀਡੈਂਸ ਵੀ ਹੁੰਦਾ ਵੀ ਆ ਜਾਣਗੇ ਨਹੀਂ ਆਉਣਗੇ। ਸਹੀ ਆ। ਹਰਵੀਰ, ਕਿੱਥੇ ਪੇਪਰ ਦਿੱਤਾ ਸੀ, ਕਿਹੜੇ ਸੈਂਟਰ ਚ? ਸਰ ਆਪਣਾ ਲੁਧਿਆਣੇ ਦਿੱਤਾ ਸੀ TU ਵਿੱਚ, ਲੈਬ 1 ਚ। ਲੈਬ 1 ਚ ਦਿੱਤਾ ਸੀਗਾ। ਤੇ ਤੈਨੂੰ ਹਾਂਜੀ ਕਿਵੇਂ ਲੱਗਾ ਸੈਂਟਰ ਦਾ ਮਾਹੌਲ ਵਗੈਰਾ, ਜਾਂ ਕਿਵੇਂ ਵੀ ਇਨਵਾਇਰਮੈਂਟ? ਸਰ ਮਾਹੌਲ ਠੀਕ ਸੀ, ਉਹਦਾ ਜ਼ਿਆਦਾ ਰਸ਼ ਨਹੀਂ ਸੀਗਾ ਜੀ, ਤੇ ਸਟਾਫ ਕਿਵੇਂ ਸੀਗਾ, ਕੋਆਪਰੇਟਿਵ ਸੀਗਾ? ਬਹੁਤ ਵਧੀਆ ਸਰ, 2 ਸਰ ਸੀਗੇ ਉੱਥੇ, ਵਧੀਆ ਸੀ ਸਰ ਉਹ ਵੀ। ਚਲੋ, ਵੈਰੀ ਗੁੱਡ। ਤੇ ਕੁਛ ਲੱਗਾ ਵੀ ਐਗਜ਼ਾਮ 'ਚ ਕੋਈ ਚੀਜ਼ਾਂ ਰਿਪੀਟ ਆਈਆਂ ਹੁਣ? ਸਰ ਡਿਟੇਸ਼ਨ ਆਈ ਸੀ ਇੱਕ ਰਿਪੀਟ ਮੈਨੂੰ, ਠੀਕ ਹੈ, ਤੇ 2 4 ਰਿਪੀਟ ਸੈਂਟੈਂਸ ਵੀ ਸੇਮ ਸੇਮ ਆਏ ਸੀਗੇ। 2-4 ਰਿਪੀਟ ਸੈਂਟੈਂਸ, ਬਾਕੀ ਡਿਕਟੇਸ਼ਨ ਆਈਆਂ ਸੀਗੀਆਂ। ਹਾਂ ਜੀ ਸਰ। ਐਗਜ਼ਾਮ ਦਾ ਲੈਵਲ ਥੋੜ੍ਹਾ ਟਫ ਸੀਗਾ ਕਿ ਐਬ ਯੂਨੀ ਦੇ ਵਰਗਾ ਹੀ ਸੀਗਾ? ਸਰ ਮੈਂ ਜਿਵੇਂ ਪਹਿਲਾਂ ਪੇਪਰ ਦਿੱਤੇ ਜੂਨ ਦੇ ਵਿੱਚ, ਉਹਦਾ ਮੈਨੂੰ ਠੀਕ ਟੈਂਪਰੇਚਰ ਲੱਗ, ਮਤਲਬ ਠੀਕ ਸੀ, ਮਤਲਬ ਹੈ ਨਾ ਉਹਦਾ ਲੈਵਲ, ਪਰ ਇਹ ਵਾਲਾ ਲੈਵਲ ਮੈਨੂੰ ਥੋੜਾ ਟਫ ਵੀ ਲੱਗਿਆ ਸੀ, ਤੇ ਮੈਂ ਤੁਹਾਨੂੰ ਵੀ ਕਹਿ ਇਹ ਸਕਦੇ ਗੱਲ ਨਾ, ਮੈਨੂੰ ਪ੍ਰਤਿਆਈ ਵੀ ਗੱਲ ਆ, ਜਿਹੜੇ ਬੱਚੇ ਨੂੰ ਪੇਪਰ ਸੌਖਾ ਲੱਗਦਾ ਉਹ ਖੜਾਕ ਹੀ ਹੁੰਦੇ ਆ। ਜਿਹੜਾ ਪਿਛਲੀ ਜਿਹੜਾ ਵਾਰ ਔਖਾ ਸਰ ਮੈਨੂੰ, ਲੱਗਦਾ ਨਾ, ਹਾਂ ਉਹ ਜੀ ਵਧੀਆ ਹੀ ਹੁੰਦੇ। ਜਿਵੇਂ ਹੁਣ ਔਖਾ ਲੱਗਾ ਤੇ ਹਾਂ ਵਧੀਆ ਜੀ। ਪੇਪਰ ਜੋ ਸਕੋਰ ਸਭ ਤੋਂ ਵਧੀਆ ਆ ਗਏ, ਫਿਰ ਇਹ ਪਿਛਲੀ ਖੜਾਕ ਪੇਪਰ ਲੱਗਦਾ। ਮੈਨੂੰ ਸੀਗਾ ਵੀ ਨਹੀਂ ਵੀ ਆ ਜਾਣਗੇ ਮੇਰੇ, 60 ਚਾਹੀਦੇ, 60 ਤਾਂ ਆ ਹੀ ਜਾਣਗੇ, ਉਦੋਂ 55 ਰਹਿ ਗਏ। ਇਸ ਵਾਰ ਤਾਂ ਜਮੀ ਨਹੀ�ं ਆਸ ਮੈਨੂੰ ਵੀ ਆਉਣੀ ਨਹੀਂ, ਬਸ ਤੁਹਾਨੂੰ ਮੈਂ ਦੱਸਿਆ ਵੀ ਇਹਦੇ ਵਿੱਚ ਸਿਕਸਟੀ ਪੇਸ਼ੈਂਟ ਫੋਰ ਆ ਬਹੁਤ ਗਏ। ਖਰਾਬ ਹੋ ਗਏ, ਇਹ ਜ਼ਿਆਦਾ ਹੀ ਆ ਗਏ ਕੁਛ। ਵੈਰੀ ਗੁੱਡ, ਵੈਰੀ ਗੁੱਡ। ਤੇ ਹਾਂ ਜੀ ਹਰਵੀਰ, ਲਿਸਨਿੰਗ ਤੇ ਸਪੈਲਿੰਗ ਕਿੰਨੇ ਕੁ ਔਖੇ ਆਏ ਸੀਗੇ? ਸਰ, ਨੋਰਮਲ ਆਏ ਸੀ, ਨਹੀਂ ਕੁਝ ਜ਼ਿਆਦਾ ਹਾਈ ਫਾਈ ਸਪੈਲਿੰਗ ਨਹੀਂ ਆਇਆ? ਆਪਣੇ ਤਾਂ ਹੀ ਸਰ 70 ਸਕੋਰ ਆ ਗਿਆ ਆਪਣਾ ਲਿਸਨਿੰਗ ਚੋਂ, 70 ਆ। ਵੈਰੀ ਗੁੱਡ। ਤੇ ਹਰਵੀਰ, ਜੋ ਤੁਹਾਡੇ, ਮੈਂ ਗੱਲ ਕਰਾਂ ਸਪੀਕਿੰਗ ਦੀ, ਰਿਪੀਟ ਸੈਂਟੈਂਸ ਵਗੈਰਾ ਕਿੰਨੇ ਕੁ ਔਖੇ ਸੀਗੇ? ਸਰ 3 ਰਿਪੀਟ ਨਾਲ ਔਖੇ ਸੀਗੇ, ਬਾਕੀ ਸਭ ਠੀਕ ਸੀਗੇ, ਮਤਲਬ ਬਾਕੀ ਨੋਰਮਲੀ ਸੀਗੇ? ਉਹੀ 7 8 ਵਰਡ ਦੇ ਸੀਗੇ, ਬਾਕੀ ਜਿਹੜੇ 2 3 ਲੰਬੇ ਆਏ ਸੀ ਜ਼ਿਆਦਾ, ਬਾਕੀ ਸਭ ਠੀਕ ਸੀਗੇ ਜੀ। ਸਪੀਕਿੰਗ ਚ ਟੈਂਪਲੇਟ ਕਿਹੜੇ ਕੀਤੇ ਸੀ ਹਰਵੀਰ? ਸਰ ਆਈ ਕੈਨ ਹੇਅਰ ਵਾਲੀ ਕੀਤਾ ਸੀਗਾ ਜੀ, ਤੇ ਆਈ ਆਈ ਕੈਨ ਕੈਨ ਸੀ ਸੀ, ਆਈ ਕੈਨ ਹੇਅਰ ਵਾਲੇ, ਤੋਂ ਜੀ, ਲੱਗਦਾ ਵੀ ਆਈ ਕੈਨ ਸੀ ਵਾਲੇ ਟੈਂਪਲੇਟ ਵਰਕ ਕੀਤੇ? ਸਹੀ ਕੀਤਾ ਸਰ, 70 ਆ ਗਈ ਸਪੀਕਿੰਗ ਤੋਂ ਵੀ। ਬਹੁਤ ਕਹਿੰਦੇ ਵੀ ਆਈ ਕੈਨ ਸੀ ਵਾਲੇ ਟੈਂਪਲੇਟ ਵਰਕ ਹੀ ਨਹੀਂ ਕਰਦੇ। ਸਰ ਬੋਲਣ ਬੋਲਣ ਤੇ ਵੀ ਹੁੰਦਾ ਨਾ ਆਪਣੇ ਤੇ, ਮੈਂ ਤੁਸੀਂ ਕਹਿੰਦੇ ਵੀ ਕਲੀਅਰ ਬੋਲਣਾ ਚਾਹੀਦਾ ਹੈ ਨਾ, ਆਪਾਂ ਨੂੰ ਜਿੱਥੇ ਪੌਜ਼ ਬਿਲਕੁਲ। ਰਹਿਣਾ ਚਾਹੀਦਾ। ਸੋ ਚਲੋ ਬਹੁਤ ਵਧੀਆ ਸਕੋਰਿੰਗ ਆਈ ਹੈ ਤੁਹਾਡੀ। ਐਗਜ਼ਾਮ ਦਾ ਲੈਵਲ ਲੱਗਿਆ ਵੀ ਕੁਛ ਚੇਂਜਸ ਆਈਆਂ ਜੁਲਾਈ ਮੰਥ ਦੇ ਵਿੱਚ, ਸਰ ਪੇਪਰ ਉਵੇਂ ਹੀ ਆ ਸਰ, ਬਸ ਕੁਐਸਚਨ ਦੁਆਰਾ ਮਾੜੇ ਮੋਟੇ ਆ ਜਾਂਦੇ ਐਕਸਟਰਾ। ਜਿਵੇਂ ਤੁਸੀਂ ਹੁਣ ਪਹਿਲਾਂ ਵੀ ਪੇਪਰ ਦਿੱਤਾ ਸੀਗਾ, ਹਾਂ ਹੁਣ ਜੀ ਵੀ ਪੇਪਰ ਦਿੱਤਾ, ਚਲੋ ਐਕਸਟਰਾ ਕੁਐਸਚਨਸ ਤਾਂ ਵੱਖਰੀ ਗੱਲ, ਹਾਂ ਕੁਛ ਜੀ। ਐਗਜ਼ਾਮ ਦੇ ਲੈਵਲ 'ਚ ਫਰਕ ਲੱਗਾ ਵੀ ਕੁਛ ਹੋਰ ਤਰ੍ਹਾਂ ਦਾ ਹੋਵੇ? ਲੈਵਲ ਤਾਂ ਮੈਨੂੰ ਲੱਗਦਾ ਸਰ ਥੋੜ੍ਹਾ ਜਿਹਾ, ਮਤਲਬ ਵੀ ਟਫ ਹੋ ਗਿਆ ਪਹਿਲਾਂ ਨਾਲੋਂ, ਥੋੜ੍ਹਾ ਜਿਹਾ ਫਰਕ ਪਿਆ ਹੈ। ਬਾਕੀ ਐਗਜ਼ਾਮ ਦਾ ਕੁਛ ਹੋਰ ਤੁਹਾਨੂੰ ਲੱਗਾ ਹੋਵੇ ਵੀ ਕੁਛ ਚੇਂਜਸ ਵਗੈਰਾ ਟੈਂਪਲੇਟ ਨੂੰ ਲੈ ਕੇ ਕੁਛ ਹੋਰ? ਨਹੀਂ ਸਰ, ਬਾਕੀ ਤਾਂ ਐਗਜ਼ਾਮ ਠੀਕ ਸੀ, ਸਾਰਾ ਹੀ ਵਧੀਆ ਸੀਗਾ, ਬਸ ਲਿਸਨਿੰਗ ਦੀ ਥੋੜ੍ਹੀ ਟਾਈਮਿੰਗ ਦੀ ਪ੍ਰੋਬਲਮ ਰੱਖਣੀ ਪੈਂਦੀ ਹੈ, ਲਿਸਨਿੰਗ ਪੂਰਾ ਪੂਰਾ ਟਾਈਮ ਹੀ ਹੁੰਦਾ ਮੈਨੂੰ ਸਿਰਫ, ਸਰ 28 ਮਿੰਟ ਸੀਗੇ ਜੀ, 28 ਮਿੰਟ ਸੀਗੇ। 28 ਮਿੰਟ ਦੇ ਵਿੱਚ ਮਤਲਬ ਤੁਸੀਂ ਲਾ ਲਓ ਵੀ 10 ਮਿੰਟ ਤਾਂ ਉਧਰ ਲੰਘ ਗਏ ਸਮਰੀ ਦੇ, ਤੇ
पूरा पूरा ही होया सर, मतलब 1 मिनट रहा था पेपर बुक करके आए, पूरा चलो पूरा ठीक पेपर क्लियर हो गया और सब तो वधिया चीज़ों की। है सर। बाकी एक ना रिव्यू ना बचनों आइडिया हो जाता बे हाँ जी सर, जुलाई च पेपर किवें दे पे, जुलाई दे विच पेपर साडा क्लियर हो हाँ सकदा जी सर, मैं भी सारे रिव्यू सुने हैं जी, सारे सुने से पहला सही हुण तेरा भी सुनेंगे लोकी गल हुण तेरा सारे ने सुनेंगे। वेरी है गुड, सर। हाँ जी सो शाबाश हरवीर। ते थैंक यू हरवीर एक सर। बारी स्कोरिंग दस सारे नु किन्नी किन्नी आई इकल्ले इकल्ले मॉड्यूल चो। सर ओवरऑल 64 आए ने अपने, ते लिसनिंग चो 70, रीडिंग चो 61, स्पीकिंग चो 70, राइटिंग चो 63। वेरी गुड, शाबाश, थैंक यू सर, थैंक यू सो मच हरवीर रिव्यू देने थैंक वास्ते। यू सर। थोड़ा अगर तुम्हें कोई मतलब समझाने का थोड़ा सीखा थोड़ा हैगा सर, मतलब फर्क बहुत फर्क है सर, जिवें ऑनलाइन कई बार प्रॉब्लम आ गई है, पर फिर भी सर वधिया हो गया अपना ही, हफ्ता ही चलो लाया आप, हफ्ते तो ज्यादा तो लाया नहीं, तो बिल्कुल वधिया। थैंक चलो यू सर, बधाई थैंक हूँ तेन, बहुत बहुत थैंक यू सो मच, यू सर, थैंक ओके। यू।